أعوذ بالله من الشيطان الرجيم بسم الله الرحمن الرحيم اللهم كل مليك الحجة ابن الحسن صلواتك عليه وعلى آبائه في هذه الساعة وفي كل ساعة من ساعة الليل والنهار وليا وحافظا وقائدا وناصرا ودليلا معنا حتى تسكنه أرضك طول وتمتعه فيها طويلا يا رب محمد وآل محمد صلی علی محمد و آل محمد وعجل فرج آل محمد یا مولاتی یا فاطمت اغیسینی اللہم صلی علی محمد و آل محمد صلوات بادشاہ اللہ تعالی ٹرایا قبول فرماوے اللہ بے اولادن نرینا اولاد عطا فرماوے اللہ تنگ دستان وسیع رزق دے دنیا دے شر شیطان تو محفوظ رکھ مریضن صحت کاملہ عطا فرماوے مجلس شہزا دے بانیاں دے مرحومین دے درجات بلند فرماوے جتنے مجلس شہزاد سنن انہاں دے مرحومین دے درجات بلند فرما مرحومین واسطے بڑی عبادت مجالس کراونا بڑی عبادت مرحوم واسطے حکم ہے پچھے جڑا وارث بچ جاوے اوندیاں قضائی نمازاں پڑھاوے یا پڑھے بولے نے تو سجا بڑی عبادت اندے قضا روزے رکھاوے نہ روزہ معاف ہے نہ نماز معاف ہے توجہ ہے پوچھ گچھ ضرور ہو سی توجہ فرماو بڑی عبادت نماز روزہ حج زکات خمس کسے حال اچ معاف نہیں صرف سفر اچ معاف ادھی پڑھ لے دا مطلب ہے سب مصیبتاں تو وڈی مصیبت سفر ہے تے ایسا سفر کرن والے لوگ ہاں ساڈے کول دعائیں لیاں کرو ہاں جتنے میرے بعد میرے واجب الاحترام تشریف فرمائیں سفر ایک مصیبت دا نا ہے سفر تو وڈی مصیبت کوئی نہیں نماز روزہ حج نماز پڑھ لویے نا دل نو تسکین پہنچ دیے یقین ہوویندے اللہ قبول کر لئیو سی نماز لیکن بندہ اے سوچے بھائی نماز پڑھیے تے رسول ہی ساڈے ویڑے چ آ گیا سی رسول ویڑے چ نہیں آندا سر ہلایا ہے تے بندہ سوچے بھائی نماز تے بعد روزہ روزہ رکھے افطاری کیتی ہے افطاری دے ٹائم ساڈے گھر رسول آسی رسول نہیں ویڑے چاہندا بندہ 7 لاکھ روپیہ بھر کے 10 لاکھ روپیہ بھر کے حج مقبولہ کر کے گھر والا وے تے بندہ آکھے حج دے اقام پورے کیتے تے رسول ساڈے ویڑے چ آسی رسول ویڑے چ نہیں آندا اے ممبر رسول ہے سپیکر 14 دا زوار ہاں بیت اللہ دا حاجیاں حسین بادشاہ دا مدا خان رسول فرمائندے بھائی اگر تو چاہندا ہے نا
ਮੈਂ ਤੁਹਾਡੇ ਵਿਹੜੇ ਚ ਆਵਾਂ, ਤੂੰ ਘਰ ਚ ਮਜਲਸ ਕਰਾ, ਅਸਾਂ 14 ਦੇ 14 ਆਵੇ ਸੀ। ਸਲਾਮਤ ਜਿੱਥੇ 14 ਦੇ 14 ਆ ਵਜਣ ਉੱਥੇ ਦੁਆਈ ਮੁਸਤਜਾਬ ਨਹੀਂ ਆਉਂਦੀਆਂ। ਬੋਲੋ, ਇੱਥੇ ਦੁਆਈ ਮੁਸਤਜਾਬ ਆਉਂਦੀਆਂ। ਚੁੱਕਿ ਇਹ ਸਿਰਫ ਮਜਲਸ ਨਹੀਂ, ਇਸ ਸਿਰਫ 14 ਨਹੀਂ, ਇੱਥੇ ਮਲਾਇਕਾ ਦਾ ਪਾਰਾ ਹੁੰਦਾ ਹੈ। ਹਾਏ ਹਾਏ ਹਾਏ, ਮਲਾਇਕਾ ਦਾ ਪਾਰਾ। ਇਹ ਮਜਲਸ ਹੁਸੈਨ, ਸਿਰਫ ਮਜਲਸ ਹੁਸੈਨ ਨਹੀਂ, ਇੱਥੇ ਜੰਨਤ ਹੁੰਦੀ ਹੈ। ਕਿਉਂਕਿ ਜੰਨਤ ਦੇ ਮਾਲਕਾਂ ਦਾ ਜ਼ਿਕਰ ਹੈ। ਜਿੱਥੇ ਦੁਨੀਆ ਦੇ ਖਿਆਲ ਮੁੱਕ ਵੰਜਨ, ਜਿਤਨੇ ਆਏ ਬੈਠੇ ਹੋ, ਮੈਨੂੰ ਸੁਣਦੇ ਬੈਠੇ ਹੋ, ਦੁਨੀਆ ਦਾ ਖਿਆਲ ਕੋਈ ਹੈ? ਬੋਲੋ ਸੱਚੀ ਗੱਲ। ਜਿੱਥੇ ਦੁਨੀਆ ਦੇ ਖਿਆਲ ਮੁੱਕ ਵੰਜਨ, ਉਸੇ ਨੂੰ ਜੰਨਤ ਆ ਜਾ। ਨਮਾਜ਼ ਵਾਜਿਬ ਹੈ ਹਾਲਤ ਬਿਮਾਰੀ। ਅੱਲਾ ਬਾਦਸ਼ਾਹ ਫਰਮਾਇਆ, ਨਮਾਜ਼ ਦੇ ਬਾਅਦ ਜਿਵੇਂ ਮੇਰੀ ਇਤਾਤ ਕੀਤੀ ਹੈ, ਨਮਾਜ਼ ਦੀ ਇਤਾਤ ਕੀਤੀ ਹੈ ਪੜ੍ਹਨ ਦੀ, ਇੰਨੇ ਵਾਲਦੈਨ ਦੀ ਵੀ ਕਰ। ਨੌਜਵਾਨਾਂ ਤਵੱਜੋ ਫਰਮਾਓ, ਵਾਲਦੈਨ ਨੂੰ ਵੀ ਮੰਨ, ਵਾਲਦੈਨ ਦੇ ਅੱਗੋਂ ਉੱਚਾ ਨਾ ਬੋਲ, ਵਾਲਦੈਨ ਦੀ ਇੱਜ਼ਤ ਕਰ। ਨਮਾਜ਼ ਮੈਰੀ ਪਿਆ ਪੜ੍ਹਦਾ ਹੋਵੇ, ਅੱਲਾ ਬਾਦਸ਼ਾਹ ਫਰਮਾਇਆ ਵਾਲਦੈਨ ਛੱਡ ਮਾਰਨ, ਉੱਚੀ ਪੜ ਉੱਚੀ, ਵਾਲਦੈਨ ਨੂੰ ਪਤਾ ਲੱਗ ਵਾਂਜੇ ਨਮਾਜ਼ ਪੇ ਪੜ੍ਹਦੇ। ਅਗਰ ਵਾਲਦੈਨ ਵੱਲ ਆਖਣ, ਬੋਲ ਪਵੇਨ, ਬਸ ਨਮਾਜ਼ ਪੜ੍ਹਦੀ ਜਾ ਤੇ ਆਖ, ਮੈਂ ਨਮਾਜ਼ ਪਿਆ ਪੜ੍ਹਦਾ, ਨਮਾਜ਼ ਬਹਨ ਨਹੀਂ, ਨਮਾਜ਼ ਹੋ ਜਾ ਸੀ ਪੜ੍ਹ। ਉਹ ਵਾਲਦੈਨ ਤੈਨੂੰ ਆਖਦੇ ਮੈਂ ਨਮਾਜ਼ ਛੋੜ, ਸਾਡਾ ਕੰਮ ਕਰ, ਬਸ ਨਮਾਜ਼ ਛੋੜ ਦੇਵੇਂ। ਵਾਲਦੈਨ ਦਾ ਹੁਕਮ ਪਹਿਲੇ ਮੰਨ, ਅੱਲਾ ਦਾ ਹੁਕਮ ਹੈ, ਨਮਾਜ਼ ਛੋੜ ਕੇ ਵਾਲਦੈਨ ਦਾ ਹੁਕਮ ਮੰਨ, ਨਮਾਜ਼ ਛੋੜ ਦੇ, ਵਾਲਦੈਨ ਦਾ ਕੰਮ ਕਰ, ਬਾਅਦ ਵਿੱਚ ਨਮਾਜ਼ ਪੜ੍ਹ। ਅਗਰ ਉਹ ਵਾਲਦੈਨ ਤੱਕ ਆਖਣ ਤੂੰ ਅਲੀ ਛੋੜ, ਬਸ ਵਾਲਦੈਨ ਛੋੜ ਦੇਵੇਂ, ਅਲੀ ਨਾ ਛੋੜ। ਹਾਏ کریم کر کے ਕਰੀਮ ਕਰਕੇ ਕਮਾਲ ਸੁਣਦੇ। ਹਾਏ ਕਰੀਮ ਕਰਕੇ ਕਮਾਲ ਸੁਣਦੇ, ਜਵਾਬ ਦਿੰਦੇ, ਸਵਾਲ ਸੁਣਦੇ। ਉਹ ਜ਼ਵਾਰ ਤੂੰ ਤੇ ਜ਼ੁਬਾਨ ਰੱਖਦੇ, ਹੁਸੈਨ ਗੁੰਗਿਆਂ ਦੀ ਗਾਲ ਸੁਣਦੇ। ਯਾ ਅਲੀ ਅਲੀ, ਬਾਬੇ ਮੁਖਤਾਰ ਹੁਸੈਨ, ਹਾਫਿਜ਼ ਸਾਹਿਬ ਬਾਬਾ ਮੁਖਤਾਰ, ਉਸ ਇੱਕ ਔਖੀ ਜਿਹੀ ਫਰਮਾਇਸ਼ ਕੀਤੀ ਹੈ, ਚਲੋ ਕੋਸ਼ਿਸ਼ ਕਰਦੇ ਹਾਂ ਪੂਰੀ ਕਰੀਏ। ਪੜ੍ਹੋ ਸਲਵਾਤ ਬਾਬਾ ਦੇ, ਅੱਲਾਹੁਮਾ ਸੱਲ ਅਲਾ ਮੁਹੰਮਦ। ਆਊਜ਼ੂ ਬਿੱਲਾਹਿ ਮਿਨਸ਼ੈਤਾਨਿਰ ਰਜੀਮ, ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਸਲਵਾਤ ਅਲਹਮਦੁਲਿਲ੍ਲਾਹਿ ਰੱਬਿਲ ਆਲਮੀਨ, ਅਸਲਾਤੁ ਵਸਲਾਮੁ ਅਲਾ اشرف الانبیاء والمرسلین، الصلوات ثم الصلاة والسلام على من كان نبیا
آدم بین الماء وطين سلوى ਕੀਤੀ ਕਦਰ ਸ਼ਨਾਸੀ ਹੈਦਰ ਦੀ ਪਾਕ ਹਕੂਮਤ ਦਾ ਮੈਂ ਹਾਂ ਅਦਨਾ ਚਪੜਾ ਸੀ ਜੀਓ ਤੁਹਾਡੀਆਂ ਜ਼ਿੰਦਗੀਆਂ ਤੁਹਾਡੇ ਬਚੜੇ ਜੀਵਨ ਅਬੂ ਮਨਸੂਰ ਮੁਜ਼ਫਰ ਅਲੀ ਦਾ ਮਲੰਗ ਸ਼ਾਮ ਵਿੱਚ ਆਇਆ ਉੱਚੀ ਆਵਾਜ਼ ਨਾਲ ਦਵਦੇ ਹੱਕ ਦਾ ਇਮਾਮ ਯਾ ਅਲੀ ਵਾਲੀਏ ਸ਼ਾਮਦ ਖਬਰਦਾਰ ਮੇਰੇ ਸ਼ਹਿਰ ਵਿੱਚ ਅਲੀ ਅਲੀ ਕਰਨਾ ਛੋੜ ਲੇ ਮਲੰਗਾਂ ਦੇ ਕਮਲੀ ਮਾਂ ਦਾ ਬਚੜਾ ਤੇਰੇ ਆਖੇ ਲੱਗ ਕੇ ਕੁਰਾਨ ਪੜ੍ਹਨਾ ਕਿਵੇਂ ਛੋੜ ਅਲੀ ਅਲੀ ਨਾਲ ਮੇਰੀ ਜ਼ਿੰਦਗੀ ਹੈ ਅੱਜ ਮੇਰੇ ਪੀਰਾਂ ਦੀ ਤਾਰੀਫ ਕੀਤੀ ਕਰ ਨਾਲੇ ਮੇਰੀ ਸ਼ਾਨ ਦੇ ਕਸੀਦੇ ਮੇਰੇ ਦਰਬਾਰ ਚ ਬੰਦੇ ਪੜਦੇ ਮੇਰੀ ਸ਼ਾਨ ਤਨ ਯਾਦ ਹੀ ਕੋਈ ਨਹੀਂ ਮੇਰੀ ਸ਼ਾਨ ਤਨ ਯਾਦ ਨਹੀਂ ਉਸ ਬੜੀ ਯਾਦ ਹੈ ਤੂੰ ਉੱਚੇ ਝੰਡੇ ਵਾਲੀ ਮਾਂ ਦਾ ਪੁੱਤਰ ਮੈਂ ਗੱਲ ਤਾਂ ਕੀਤੀ ਬਾਵੇ ਬੁਖਾਰੀ ਵਾਸਤੇ ਮਜ਼ਹਰ ਅਲੀ ਬੁਖਾਰੀ ਮੈਂ ਦਾਤ ਦੇ ਸੀ ਉਹਨੇ ਦਾਤ ਦਿੱਤੀ ਹੈ ਇੰਝ ਕਰਕੇ ਪਰ 3 ਜੂਨ ਮੇਰੇ ਤੇ ਅਪੜੀ ਆਈ ਜੀ ਮੈਂ ਰਾਜ਼ੀ ਹਾਂ ਸੈਦ ਹਾਥੀ ਚ ਖੜਾ ਕਰੇ ਮੇਰੇ ਵਾਸਤੇ ਗਵਾਹੀ ਤਾਂ ਮੇਰੀ ਹੋ ਗਈ 3 ਜੂਨ ਇਨਸ਼ਾਅੱਲਾ ਖਾਨੂਆਣਾ ਮੁਕਾਮ ਖਾਨੂਆਣਾ 466 ਖਾਨੂਆਣਾ ਚੱਕ ਨੰਬਰ 466 3 ਜੂਨ ਨੂੰ ਜ਼ਿੰਦਾ ਹੋਇਆ ਤਾਂ ਪੜ ਸਾਂ ਤੁਹਾਡੀਆਂ ਰੰਗ ਲਾਵੇ ਅਦੇ ਮੇਰੇ ਨਾਲ ਮੁਨਾਜ਼ਰਾ ਕਰ ਮੇਰੇ ਪੀਰ ਅਫਜ਼ਲ ਅਦੇ ਅੱਜ ਹੀ ਕਰ ਮਲੰਗ ਦੇ ਮੋਹਲਤ ਨਹੀਂ ਅੱਜ ਕਰ ਲੈ ਮੈਂਬਰ ਬਣ ਗਿਆ ਸਕੀਮ ਬਣ ਗਈ ਸਾਰਾ ਦਿਨ ਆਪਣਾ ਪੀਰਾਂ ਦੀ ਤਾਰੀਫ ਕਰੇ ਸੂ ਨੀਲਾਣ ਤੇ ਵੈਸੀ ਅਲੀ ਦੇ ਜ਼ਾਕਰ ਨੂੰ ਟਾਈਮ ਦੇ ਸੂ ਅਲੀ ਦਾ ਜ਼ਾਕਰ ਮੈਂਬਰ ਤੇ ਅਸੀਂ ਨੌਕਰ ਨੂੰ ਇਸ਼ਾਰਾ ਕਰੇ ਸੂ ਉਹ ਮੁਅੱਜ਼ਨ ਨੂੰ ਇਸ਼ਾਰਾ ਕਰਕੇ ਆਖ ਸੂ ਦੇ ਅਜ਼ਾਨ ਉਹ ਅਜ਼ਾਨ ਦੇ ਸੀ ਲੋਕ ਨਮਾਜ਼ ਤੇ ਟੁਰ ਵੈਸੇ ਨੇ ਪਰੇਸ਼ਾਨ ਤੇ ਬੇਚੈਨ ਹੋ ਸੀ ਸਕੀਮ ਦੇ ਤਹਿਤ ਮੈਂਬਰ ਬਣਿਆ ਗਿਆ ਸਾਰਾ ਦਿਨ ਆਪਣੇ ਪੀਰਾਂ ਦੀ ਤਾਰੀਫ ਕਰਾਈ ਦੀਨ ਲਾਹਣ ਤੇ ਗਿਆ ਅਲੀ ਦੇ ਜ਼ਾਕਰ ਦਾ ਟਾਈਮ ਆਇਆ ਹੈ ਅਲੀ ਦਾਕਰ ਮੈਂਬਰ ਤੇ ਆਇਆ ਉਦੋਂ ਅਸੀਂ ਇਸ਼ਾਰਾ ਕੀਤਾ ਮੁਅੱਜ਼ਨ ਨੂੰ ਉੱਠ ਭਾਈ ਦੇ ਅਜ਼ਾਨ ਮੁਅੱਜ਼ਨ ਉੱਠਿਆ ਅਜ਼ਾਨ ਵਾਸਤੇ ਹਾਂ ਸਾਰਾ ਦਿਨ ਕੂੜ ਮਰਿੰਦੇ ਰਹੇ ਸਾਰਾ ਦਿਨ ਝੂਠ ਜੇ ਬੋਲਦੇ ਰਹੇ ਅਲੀ ਦਾਕਰ ਮੈਂਬਰ ਤੇ ਆਇਆ ਸੁਣਦੇ ਬੈਠੇ ਹੋ ਤਵੱਜੋ ਤਾਂ ਫਰਮਾਓ ਅਲੀ ਦਾਕਰ ਇੰਝ ਮੈਂਬਰ ਤੇ ਆਇਆ ਡੀਲਾ ਹਣ ਤੇ ਉਦੋਂ ਮੁਅੱਜ਼ਨ ਟੁਰਿਆ ਇਦੋਂ ਅਲੀ ਦੇ ਜ਼ਾਕਰ ਸੂਰਜ ਨੂੰ ਡਿੱਠਾ ਅਲੀ ਦੇ ਜ਼ਾਕਰ ਕਿਉ ਸੂਰਜ ਤੂੰ ਤੇ ਮੈਂ ਤਪੀਰ ਭਾਈਆਂ ਵਾਲਾ ਨਾ ਵਾਪਸ ਸੂਰਜ ਵਾਲਾ ਦੀਗਰ ਤੇ ਆਇਆ ਲੋਕ ਹੈਰਾਨ ਪਰੇਸ਼ਾਨ ਵਈ ਅਦੀ ਲਾਹਣ ਨੂੰ ਆਈ ਹੁਣ ਵੱਧ ਡੀਗਰ ਹੋਈ ਖਲੋਤੀ ਇਹ ਨਵਾਂ ਕੰਮ ਕਰ ਦਿੱਤਾ ਸੂਰਜ ਤਾਂ ਡੀਂ ਤੇ ਸਰ ਤੇ ਆ ਗਿਆ ਨਿਸਫ ਨਿਹਾਰ ਤੇ ਹੁਣ ਤਾਂ ਦੁਪਹਿਰ ਹੋ ਗਏ ਅਲੀ ਦਾ ਮਲੰਗ ਲੋਕਾਂ ਦੇ ਮੁਖਾਤਿਬ ਹੋ ਕੇ ਹੱਕਲ ਮਾਰੀ ਮਲੰਗਾਂ ਦੇ ਮੈਨੂੰ ਦੇਖ ਕਥੀ ਹੈਰਾਨ ਗਇਓ ਨਹ ਕੀਤੀ ਕਦਰ ਸ਼ਨਾਸੀ ਹੈਦਰ ਦੀ ਪਾਕ ਹਕੂਮਤ ਦਾ ਮੈਂ ਅਦਨਾ ਚਪੜਾ ਸੀ
ਦੀ ਮੈਂ ਕੁ ਕਸਮ ਬਤੂਲ ਦਿਆਂ ਪੁੱਤਰਾਂ ਦੀ ਮੈਂ ਆਖਿਆ ਤਾਂ ਏ ਲਸ ਬੋਲਾ ਤਾਂ ਸਹੀ ਆ ਹਰ ਬਾਸ਼ੂਰ ਫਰਜ਼ ਤੇ ਹੁਸੈਨ ਦੀ ਭੈਣ ਬਾਦਸ਼ਾਹ ਹੁਸੈਨ ਦੀ ਭੈਣ ਜਦੋਂ ਤਰਸ ਕਰ ਲਵੇ ਇਹ ਉਹ ਖਾਨਦਾਨ ਏ ਇਹ ਮੁਰਦੇ ਜ਼ਿੰਦਾ ਕਰ ਦਿੰਦੇ ਨੇ ਸੁਭਾਨ ਅੱਲਾ ਬਈ ਕਿਆ ਰਾਜ ਆਈ ਪਤਾ ਨਹੀਂ ਕਿਆ ਬਾਤ ਆਈ ਮੈਂ ਆਪ ਬੜਾ ਸੋਚਿਆ ਮੈਂ ਕਿਹਾ ਮੈਂ ਹੁਸੈਨ ਦਾ ਜ਼ਾਕਿਰਾਂ ਸਵਾਰੀਆਂ ਹਾਜੀ ਵੀ ਹਾਂ ਤੇ ਬਾਦਸ਼ਾਹ ਦਾ ਮੁਲਾਜ਼ਮ ਵੀ ਹਾਂ ਕਿਹੜੀ ਸਰਜ਼ਦ ਗਲਤੀ ਦੇ ਸਜ਼ਾ ਮੈਨੂੰ ਮਿਲੀ ਏ ਮੈਂ ਜਿਹੜਾ ਲਾਇਆ ਲੇਕਿਨ ਮੈਨੂੰ ਪਤਾ ਲੱਗਾ ਇਹ ਕਰਬਲਾ ਵਾਲੇ ਰਾਜ਼ੀ ਹੈ
ਮਨੋ ਤੂੰ ਕਬਰ ਦੇ ਮੋੜ ਤੂੰ ਵਾਪਸ ਵਾਲਾ ਆਇਆ ਨਹੀਂ। ਇਹ ਰਾਜ਼ ਹੋਏ ਕੋਈ, ਇਹ ਸਾਈਆਂ ਦਾ ਰਾਜ਼ ਹੋਏ। ਅਜੇ ਡਿਊਟੀਆਂ ਬਾਕੀਆਂ ਨੇ। ਬਾਦਸ਼ਾਹ ਹੁਸੈਨ ਦੀ ਭੈਣ ਨੂੰ ਰੋਵਣ ਵਾਲੇ ਲੋਕ ਬੜੇ ਪਿਆਰੇ ਨੇ ਤੇ ਰਵਾਵਣ ਵਾਲੇ ਵੀ ਪਿਆਰੇ ਨੇ। ਇਹ ਪਾਕ ਸੈਣ ਵਾਪਸ ਵਾਲਾ ਏ। ਮੈਂ ਇਹਨੂੰ ਕਬਰ ਦੇ ਕਿਨਾਰੇ ਤੇ ਗਿਆ ਪਿਆ, ਇਹਦੇ ਬਾਬਾ ਜ਼ੁਰੀਅਤ ਇਮਰਾਨ 440 ਬੰਦਾ ਲਈ ਵਧਾਈ, ਉਹਨਾਂ 440 ਬੰਦਾ ਹੀ ਬਾਵਜੂਦ ਉਹ ਕਿ ਬੀਬੀ ਦੇ ਕਦਮਾਂ ਚ ਆਇਆ, ਅਸਾਂ ਵਾਪਸ ਅਮੀਰ ਲੈਣ ਆਇਆ। ਦੁਆ ਤਾਂ ਉੱਥੇ ਮੁਸਤਜਾਬ ਨਹੀਂ ਹੋਣੀ ਤਾਂ ਕਿੱਥੋਂ ਹੋਣੀ। ਵੇਖੋ ਨਬੀਆਂ ਦਾ ਮੁਸ਼ਕਲ ਕੁਸ਼ਾਏ ਅਲੀ, ਅਲੀ ਦਾ ਮੁਸ਼ਕਲ ਕੁਸ਼ਾਏ ਹੁਸੈਨ, ਹੁਸੈਨ ਦੀ ਮੁਸ਼ਕਲ ਕੁਸ਼ਾਏ ਹੁਸੈਨ ਦੀ ਭੈਣ। ਉਹਨਾਂ ਕਰਮ ਕੀਤੇ। ਨਬੀ ਕੀ ਨਾਤ ਕਾ ਸਾਰਾ ਸਿਲਾ ਹੈ, ਯੇ ਮੂੰਹ ਔਰ ਮਸੂਰ ਕੀ ਦਾਲ, ਜ਼ਾਕਿਰ ਨਾ ਹੋ ਵਹਾਂ ਪਕੌੜੇ ਕਈ ਨਾ ਲੈਣੇ। ਕਰਮ ਵੇਖੋ ਅਲੀ ਦੀ ਧੀ ਦਾ, ਤਵੱਜੋ ਫਰਮਾਓ। ਗਰੀਬ ਮਾਂ ਪਿਓ ਹੋਵੇ ਅੱਲਾ ਇਹਸਾਨ ਕਰਨ ਤੇ ਆਵੇ ਤਾਂ ਦੇਰ ਨਹੀਂ ਲੈਂਦਾ, ਅੱਲਾ ਪੁੱਤਰ ਲੈਂਦੇ। ਭਾਵੇਂ ਕੋ ਜਕਾਲ ਹੋਵੇ ਗਰੀਬ ਮਾਂ ਪਿਓ ਜਾਣ ਬੁੱਝ ਕੇ ਨਾ ਅਮੀਰ ਰੱਖਦੇ ਨੇ, ਹੁਸੈਨ ਅਮੀਰ ਬਣਾ ਛੋੜੇਂਦੇ। ਇਹ ਕਰਮ ਹੈ ਨਬੀ ਕੀ ਨਾਤ ਕਾ ਸਾਰਾ ਸਿਲਾ ਹੈ, ਨਬੀ ਕੀ ਨਾਤ ਕਾ ਸਾਰਾ ਸਿਲਾ ਹੈ। ਜ਼ਮਾਨੇ ਸੇ ਬੜਾ ਰੁਤਬਾ ਮਿਲਾ ਹੈ, ਮਿਲਾ ਹੈ ਸਿਲਾ ਹੈ। ਤੋ ਮੈਂ ਸ਼ੇਰ ਪੇ ਸੁਣਾਉਣਾ ਹਾਂ ਬਈ। ਕਰਮ ਕੀ ਮੁਸਤਫਾ ਹੈ, ਅਜੇ ਨਹੀਂ ਅਜੇ ਨਹੀਂ। ਪਾਕ ਮੁਹੰਮਦ ਮੁਸਤਫਾ ਦੀ ਆਮਦ, ਸਰਕਾਰ ਦਾ ਜ਼ਹੂਰ, ਸਰਕਾਰ ਦਾ ਜਸ਼ਨ ਹਰ ਕੈਂ ਪੜਿਆ ਰਬੀਉਲ ਅਵਲ ਦੇ ਮਹੀਨੇ। ਮੈਂ ਇਹ ਨਾਤ ਪਹਿਲੀ ਦਫਾ ਲਿਖ ਕੇ ਮੈਂ ਮੰਜ ਪੜੀ ਆਈ ਬਿਜਾੜ ਵਾਲੇ, ਉਹਨਾਂ ਆਖਿਆ ਆਪਣੀ ਜ਼ੁਬਾਨੀ ਸਿਰਫ ਆਦਰ ਰਵੇ ਨਾ ਤਾਂ ਇਹੋ ਹੀ ਕਾਫੀ ਹੈ। ਆਪਣੀ ਜ਼ੁਬਾਨੀ ਮੰਨਤੇ ਹੈ, ਆਪਣੀ ਜ਼ੁਬਾਨੀ ਉਹਨਾਂ ਆਖਿਆ ਇਹੋ ਕੁਝ ਆਦਰ। ਲੇਕਿਨ ਮੈਂ ਜਨਾਬ ਨੂੰ ਦੱਸਣਾ ਚਾਹੁੰਦਾ, ਸਰਕਾਰ ਦੀ ਆਮਦ ਮੈਂ ਜਿਵੇਂ ਪੜ੍ਹੀਏ ਸੁਣਵਾਵਣਾ ਚਾਹੁੰਦਾ। ਅੱਲਾ ਬਾਦਸ਼ਾਹ ਫਰਮਾਇਆ ਮੇਰਾ ਮਹਬੂਬ ਤੈਨੂੰ ਨਾ ਬਣਾਵਾਂ ਕਾਈ ਸ਼ੈ ਨਾ ਹੋਵਿਆ। ਰਹਿਮਾਨ ਅੱਲਾ ਇੰਜ ਕਿਉਂ, ਰਹਿਮਾਨ ਅੱਲਾ ਫਰਮਾਇਆ ਮੇਰਾ ਮਖਫੀ ਖਜ਼ਾਨਾ ਮੈਂ ਲੁਟਾ ਛੋੜੇ। ਰਹਿਮਾਨ ਅੱਲਾ ਕਿਉਂ ਲੁਟਾਈ, ਅੱਲਾ ਬਾਦਸ਼ਾਹ ਫਰਮਾਇਆ ਤੂੰ ਸੋਹਣਾ ਇਤਨਾ ਹੀ। ਰਹਿਮਾਨ ਅੱਲਾ ਮੈਂ ਕਿਤਨਾ ਸੋਹਣਾ, ਅੱਲਾ ਬਾਦਸ਼ਾਹ ਫਰਮਾਇਆ ਤੂੰ ਇਤਨਾ ਸੋਹਣਾ ਜਿਵੇਂ ਮੈਂ ਸੋਹਣਾ। ਰਹਿਮਾਨ ਅੱਲਾ ਤੂੰ ਤੇ ਹੱਥ ਨਹੀਂ ਰੱਖਦਾ, ਪੈਰ ਨਹੀਂ ਰੱਖਦਾ, ਜ਼ੁਬਾਨ ਨਹੀਂ ਰੱਖਦਾ, ਵਜੂਦ ਨਹੀਂ ਰੱਖਦਾ, ਤੂੰ ਸਰ ਨਹੀਂ ਰੱਖਦਾ, ਤੂੰ ਅੱਖ ਨਹੀਂ ਰੱਖਦਾ, ਤੂੰ ਪੈਰ ਨਹੀਂ ਰੱਖਦਾ, ਤੂੰ ਹੱਥ ਨਹੀਂ ਰੱਖਦਾ। ਰਹਿਮਾਨ ਅੱਲਾ ਮੈਂ ਜਿਸਮ ਰੱਖਦਾ, ਤੇਰਾ ਵਜੂਦ ਹੈ ਮੇਰਾ ਤਵੱਜੋ ਹੈ। ਰਹਿਮਾਨ ਅੱਲਾ ਤੂੰ ਵਜੂਦ ਰੱਖਦਾ, ਤੇਰਾ ਜਿਸਮ ਕੋਈ ਨਹੀਂ, ਵਜੂਦ ਤਾਂ ਹੈ ਹੀ ਆ ਕਿ ਤੂੰ ਅੱਲਾ ਹੈ, ਤੇਰਾ ਵਜੂਦ ਹੈ, ਤੂੰ ਸਾਨੂੰ ਹੀ ਭੇਜਣ ਵਾਲਾ ਹੈ। ਬੋਲੋ ਰਹਿਮਾਨ ਅੱਲਾ ਤੇਰਾ ਵਜੂਦ ਹੈ, ਤੇਰਾ ਜਿਸਮ ਨਹੀਂ। ਮਿਹਰਬਾਨੀ ਫਰਮਾ ਮੈਨੂੰ ਦੱਸ ਤਾਂ ਸਹੀ ਮੈਂ ਕਿਤਨਾ ਸੋਹਣਾ। ਅੱਲਾ ਬਾਦਸ਼ਾਹ ਫਰਮਾਇਆ ਜਿਵੇਂ ਮੈਂ ਸੋਹਣਾ। ਰਹਿਮਾਨ ਅੱਲਾ ਮੈਨੂੰ ਸ਼ੌਕ ਹੈ ਮੈਂ ਆਪਣੇ ਆਪ ਨੂੰ ਦੇਖਾਂ। ਅੱਲਾ ਬਾਦਸ਼ਾਹ ਫਰਮਾਇਆ ਮੈਂ ਬੇਦਿਲ ਦਾ ਦਿਲ ਬਰਦਾਸ਼ਤ ਨਹੀਂ ਕਰਦਾ, ਤੇਰੇ ਨਾਲ ਦਾ ਦੂਜਾ ਸਾਇਆ ਹੋਵੇ। ਕੌਣ ਬੋਲੇ ਸੀ ਬਈ, ਕੌਣ ਬੋਲੇ ਸੀ? ਤੇਰਾ ਸਾਇਆ ਹੀ ਬਰਦਾਸ਼ਤ ਨਹੀਂ, ਤੇਰਾ ਪਾਣੀ 'ਚ ਅਕਸ ਨਹੀਂ ਬਣ ਸਕਦਾ, ਤੂੰ ਆਈਨਾ ਨਹੀਂ ਵੇਖ ਸਕਦਾ। ਰਹਿਮਾਨ ਅੱਲਾ ਮੈਂ ਆਪਣੇ ਆਪ ਨੂੰ ਦੇਖਾਂ ਤਾਂ ਕਿਵੇਂ ਦੇਖਾਂ? ਅੱਲਾ ਬਾਦਸ਼ਾਹ ਫਰਮਾਇਆ 1,24,000 ਪੈਗੰਬਰ ਦਾ ਨਬੀਆਂ ਦਾ ਤੈਨੂੰ ਸਰਦਾਰ ਬਣਾਏ, ਉਹਨਾਂ ਸਾਰਿਆਂ ਨੂੰ ਬੁਲਾ ਤੇ ਸਾਰਿਆਂ ਕੋਲ ਪੁੱਛ ਮੈਂ ਕਿਤਨਾ ਸੋਹਣਾ। ਸਾਰਿਆਂ ਨਬੀਆਂ ਨੂੰ ਬੁਲਾ ਲਿਆ ਗਿਆ ਕਿ ਜਿਹੜੇ ਮਹਿਲਾ ਸੁਣਦੇ ਬੈਠੇ ਉਹ ਬੁਲਾਏ, ਸਾਰੇ ਨਬੀਆਂ ਨੂੰ ਬੁਲਾ ਲਿਆ ਗਿਆ। ਸਾਰੇ ਨਬੀਆਂ ਤੂੰ ਪੁੱਛਿਆ ਮੈਂ ਕਿਤਨਾ ਸੋਹਣਾ। ਇੱਕ ਨਬੀ ਸਾਹਮਣੇ ਆਇਆ, ਉਹਨਾਂ ਕਿਹਾ ਯਾ ਰਸੂਲ ਅੱਲਾ ਤੁਸਾਂ ਇਤਨੇ ਸੋਹਣੇ ਹੋ। ਅੱਗੇ ਮੁੱਦਤ ਸੁਣਾ ਲੱਗਿਆ ਸੀ ਯੂਸਫ ਬਹੁ ਸੋਹਣਾ ਹੀ, ਲੇਕਿਨ ਮਿਸਰ ਦੇ ਬਾਜ਼ਾਰ 'ਚ ਹਿੱਕ ਅੱਟੀ ਨਾਲ ਤੁਲ ਗਿਆ। ਬੋਲੋ ਤਾਂ ਸਹੀ, ਹਿੱਕ ਅੱਟੀ ਨਾਲ ਵਿਕਿਆ ਉਹ ਜਿਤਨਾ ਹੀ ਸੋਹਣਾ ਪਿਆ ਹੋਵੇ। ਦੂਜਾ ਨਬੀ ਸਾਹਮਣੇ ਆਇਆ, ਉਹਨਾਂ ਕਿਹਾ
कायनात नबी फरमाया मैं कितना सोहना। उन्हें आखा जी अगे नबी की एक दी तारीफ पई हुंदी है जट्टी नाल तुल गया वह जितना ही सोहना हो यूसफ नबी अज तुहानू वेख के पता पे लगता है तुस अपने हुस्न का खुम्स कढ़िया तो यूसफ सोहना बनया। कौन बोले सी यार नहीं बोलना ही तो सवा दे गल बोले करो नाल नासिर भाई हाथ खड़ा होना चाहिए तेरिया दीदिया होवे नगाह दी रंग लावे हाथ खड़ा होना चाहिए जे गल आए हाय हाय तेरे हुसन तेरे अपना हुसन इतना है ते अपने हुसन का खुम्स कढ़ाई तो यूसफ सोना बनाई दूजे आख्या जकात दी चाहिए तो यूसफ सोना बनाई खुम्स होंदा पंजवां हिस्सा जकात होंदा चालीसवां हिस्सा। हुण मैं दसना चाहना बई नबी की नात का सारा सिला है सारा सिला है नबी की नात का सारा सिला है जमाने से बड़ा रुतबा मिला है सिला है इन नाल जोड़वा काफी आवने जेड़े हाजिर बैठे जन्नत नुमा शेर है शेर इतना प्यारा है जितना नबी प्यारा है पता नहीं कितना सुनना ने हाँ भाई भला यूसुफ हसी मशहूर क्यों था भला यूसुफ हसी मशहूर क्यों था मोहम्मद के पसीने की वजह है। बोलो भाई क्या बात है मोहम्मद के पसीने की वजह है कायनात रसूल मेराज ते गए चौथे आसमान ते बुराक रुका जो है सिदरतुल मुंतहा ते आके बुराक रुक गया कायनात नबी फरमाया मैं अगे जाने तू रुक गए मैं जड़ा घरों कसद करके टुरा मैं जिंदगी च कित्थां ही रुकिया ना अज तू रुक गए तवज्जो फरमा उत्थे बुराक रुका कायनात नबी ने रुका। आओ तुहानू दसना चाहना एक ऐसी जगह आईए जेड़ी जगह ते हमेशा कायनात रसूल रुक वेंदा ई ओ जगह दसना चाहना हां भाई जो सिदरा की हदों पर भी न ठहरे जो सिदरा की हदों पर भी न ठहरे तेरे द्वारा पे वो सरवर खड़ा है। दरे जारा पे वो सरवर खड़ा है दरे जारा पे वो सरवर खड़ा है मुसलमान भूल गए जिथे कायनात रसूल रुकवेंदा उस घर नू मुसलमान आग लाइए उस दरवाजे नू आग लाई ने ए अग दी चंगारी इथों उठी ते करबला आ गई जेड़े रोवण आयो आए आ सकीफा से उठी उड़ी चंगारी खैमे जलाए अक्सादी लाए बैठे विच सारा दे ओ बैठा गिणदा है जख्मी उंगलियां ते बांध भेण दे शाम दे आखरी मंजल तू हाय मैं सदके ओ हाय करन वाले आओ ओ अल्लाह तुहाडे आसू कबूल फरमावे दियां दे पर्दे जी बिस्मिल्लाह हाय करके रोवण वाला मेरी दुआ इने अमड़ी हुसैन दी तुहानू किसे गम विच ना रोवावे मैं प्यार दे सुन्नी शिया भाइयां ओ अक्सा दी आखरी मंजल तू ओ लहे बैठाए विच सहरा दे रोवण आली गले बैठा गिणदा जख्मी उंगलियां ते पांद भेण दे शाम दे
تالیاں مارے او بیٹھا گندا ہے زخمی انگلیاں تے بند بھین دے شام دے گرام آواز او بیٹھا مدم آواز بین کو آنکھیں رکھے خیال اصغر دی اصغر دی ماد آئے میں صدقے آئے میں صدقے اوئے میں صدقے جوانیاں مانے آئے آئے میں صدقے جی بند وت پڑھا بخاری دے بند وت پڑھ میں قربان ونجاکسا دی آخری منزل تو بند بھین دے شام شام دے راہ دے ادرک گلات دین بدی دے رخ موڑے سگرم ہوا دے رومن لیا گل بیٹھا مدم آواز چ بھین کو آنکھیں رکھیں خیال اکبر دی ماد ماد رو پیائیں تا ہکوائن ہور کریں نا دھیاں دے پردیوں نی بی بی آدی خیمے دیوی لکائی منڈے دھی رہی ہیں شہید لہ گئے جدہ سارے مار گئے بی بی آدھی مجھے ٹیتر ونجا مڑ دی جد جہود بعد مادی جھولی سمجھ کے زمین کربلات زین زلجنات لہ بیٹھے آئے میں صدقے قاتل آن دے رہے تے ول دے رہے بی بی آدھی مڈے دی رہی ہیں قاتل آن دے رہن ول دے رہن جڑا قاتل آن دائی حالت دے دائی والو اے بے صدقے ہائے میں صدقے انجلا دے نسوار جو غریب لتھا ہے ترونجا منٹ نہ زین تے آئی نہ زمین تے آئی آئے میں صدقے ان دی وجہ سید بیٹھے معافی مانگ میں دساں تیر تے نیزے اتنے لگے ہوئے ہیں لاند آئی تلو تیر سہارا دین دے ہیں انہاں کی چا سہارا دین دے ہیں تیر اس واسطے لاندا ہائی لے نہیں سکدا تیر اتنے لگے ہائے بے صدقے میں قربان ہو جا برداشت کریں تو میں ایک وین ہور کراں تو برداشت کر سکے تو میں ایک وین ہور کرنے میں اپنے سنی بھراواں واسطے ایک وین نواں جہ کرنے اک جانے تے سہڑ جانے دھیاں دے پردیوں نی قاتلاں دے رہے تے ول دے رہے بی بی آدھیے جناب فضا دیئے میں نام قاتل ولدہ جٹھائے جدہ نام قاتل آئے فضا دیئے سین جڑا ہون پیان دے تڑا بیران نہیں بچ دا آئے بہت صدقے کی میں جان دیئے میرا بیران نہیں بچ دا بی بی آدھیے جڑے اگے آن دے رہے نو ہو رہے جڑا ہون
جناب فضا دیے جڑے اگیاں دے رہلو میں ڈہدی رہی ہاں او مسلمان اے لباس کنو معلوم ہوندے نصرانیے می بیا دے نصرانیے تائیں دی زامل میاں مر برا نو کچھ ناکسی کیویں جان دیو تیرے برا نو کچھ ناکسی بی بیا دے نصرانیے تے او قوم جے میری ماں بتول دا حیا میں بسم اللہ کر تیری حیاتی ہو انشاء اللہ تو جیندا رہے بہت سونا روندے بیٹھے بی بی آدی نصرانی انتظام نہ اے میرے بھرا نو کچھ نہ آخسی لگی ونجن دے رستے چ انو سلام دی دوویں ہاتھ پیشانی تے رکھے ان دی وجہ رب دا دستور ہے اج بھی کوئی سوالی ہووے او دوویں ہاتھ پیشانی تے رکھ دے تو پیشانی تے رکھ سے تے سمجھ ویسی ہے تے سوالن وی نال ہے سلام وی دےویں او علیک السلام آکسی تے وت پچھسی تو سوالی ہے جد سوال کرے تے تو آکھے میں سوالی ہاں جد سوالی بن ونجے بت اپنا سوال پیش کرنے میں رستے فضا ایڈو میں ہاتھ پشاؤنی تیرا کہا دیے سلام نصرانی آدھا لے کا سلام بی بی تو انج پشاؤنی تے ہاتھ رکھنے میں کوئی سوال ہی ہو بی بی آدھیے سوال لین بڑھ کے آئی آؤ منت لینی آؤ میرے اتے منت لاؤ منو دست سہی کن میں نہیں آدھے اوہ جڑا لتھا بیٹھے میں ایک وار کرے سامیر شام دا وڈا انعام پیسہ انعام دا لالچ بی بی آدھی نامار منت لا اس غریب دیا خیمے دے اندر بھیڑی او یاد کری دیا نی نصرانی دا مار کرن لیا دا میری اللہ کوئی ایڈا غریب ہے جد نال بھیڑی بھی آیا ہویا فضا دیا صرف بھیڑی چھوٹیاں چھوٹیاں دھیاں ہائے میں صدقے ہائے میں صدقے ان نال تے بھیڑی وین اچھا میرے نال جول خیمے دے در تے خیمے دے در تے نصرانی آئے بی بی پیغام لے تے آیا بیٹھے نصرانی وت بی بی آ دی ساریاں عورتاں ساریاں مائیاں آ منت لائیو جہد کول کوئی شے دے چھوڑو کس نے نام دا لالچ انج مری سین چادر وچھائیے ہر بی بی زیور لہائے میں صدقے رومال چ رکھن اللہ واسطے دیکھ میں ایک چھوٹی جی بی بی آئی جس کوشش بڑی کیتی ہے دور لہاون ناصر بھائی دور لتھے نہیں بی بی آدھی اما میرے کولو تا نہیں لا دے بی بی آدھی اوہ جانے تو رہن دے ایو دے ور کافی ہے تے ہائے نہیں کیتی میں قربان ہو جا میں تے نیاد رانا لا کے دے چھوڑے آش مر تماچیا نال نلا ہائے لہا کے دے چھوڑیا کمر تماچیا نہ بابا جی نہ لہاویا زیوراں دی گڈ بدیس بی بی دی گھن وانجن آکھے شاہی پنج دفعہ برباد ہوئے پنج دفعہ باد کر سکدے میں قربان ہویاں اے چال اس گنڈ پیش کیتی اس نصرانی اے یا گڈ زیوراں والی اے پنج دفعہ شاہی برباد ہوئے پنج دفعہ باد ہو سکدی اے تو غریب نو نہ مار نصرانی منہ چ نہیں بولیا زیوراں دے روں گڈ دے روں ڈٹھا ہس وت منہ پھیریا اشارہ کر کے دے گھن واج اینوں میں ہاتھ نہ لیندا اے چا کے ٹر پیا سین دے کول اے سین سمجھیا اے انعام تھوڑا اے بی بی آدھی جی نام تھوڑا تا کاغذ قلم دوات گھنا کاغذ قلم دوات گھنا یہ بی بی آدھی میں خط لکھ دیا
ਬਾਏ ਕੁਰਬਾਨ ਵਾਂ ਖਾਦੀ ਤਾਰੀਰ ਬੜਾਵਣੀ ਸ਼ੁਰੂ ਕੀਤੀ ਹੈ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅਜ਼ ਕਰਬਲਾ ਮਿਨ ਜਾਨਿਬ ਜ਼ੈਨਬ ਬਿੰਤ ਅਲੀ ਮੈਂ ਕੁਰਬਾਨ ਵਾਂ ਖਤ ਲਿਖਦੀ ਪਈ ਹੈ ਕਹਿੰਦੋ ਲਿਖਿਆ ਸੀ ਹੁਣ ਮੈਂ ਖਾਦੀ ਤਾਰੀਰ ਪੜ੍ਹਨਾ ਚਾਹਨਾ ਅੱਲਾ ਵਾਸਤੇ ਦੇਖ ਕੇ ਮੈਂ ਤੇਰੀ ਬੀਬੀ ਆ ਜੀ ਮੈਡਾ ਹਨਫੀਆ ਵੀਰ ਸਲਾਮ ਹੋਵੀ ਓ ਹਿੱਕਾ ਮਿਨਾ ਥਮਸ਼ੀਰ ਤੇ ਲਾ ਚਾ ਤੇ ਪਿਆਇਆ ਦਈ ਕਾਸਿਦ ਭੇਣ ਉਜੜੀ ਦਾਈ ਦੀ ਪੂਰੀ ਕਰ ਮਨ ਮਨਸ਼ਾ ਸਾਵਰਾ ਕੋਲ ਤਰਕਾ ਨਾ ਕੈਸ ਦੇ ਵੀਰ ਕਰਾਂ ਅੱਲਾ ਵਾਸਤੇ ਦੇਖੇ ਮੈਂ ਤੇਰ ਮੇਰਾ ਪੇਕਾ ਸਾਵਰਾ ਕੋਲ ਤਰਕਾ ਬੀਬੀ ਆ ਜੀ ਮੈਂ ਕੋਈ ਗਰੀਬ ਹਾਂ ਮੇਰੀਆਂ ਜਾਗੀਰਾਂ ਹਰ ਮੁਲਕ ਚ ਸਾਰੀਆਂ ਜਾਗੀਰਾਂ ਲਿਖ ਦੇਣੀਆਂ ਜਨਾਬ ਫਿਜ਼ਾ ਗੜ ਚਾਹੀਏ ਇਹ ਖਤ ਵੀ ਚਾਹੇ ਨਸਰਾਨੀ ਦੇ ਪੇਸ਼ ਕੀਤੇ ਤੈਂ ਜ਼ੇਵਰ ਥੋੜਾ ਹੀ ਨਾ ਤਾਂ ਅਲੀ ਦੀ ਧੀ ਪਈਆ ਦੀ ਇਹ ਖਤ ਹੀ ਮਦੀਨੇ ਲੱਗਾ ਵਣੇ ਮਦੀਨੇ ਮੁਹੰਮਦ ਹਨਫੀਆ ਰਾਂਦੇ ਉਸ ਨੂੰ ਆਖੇ ਜਿਤਨੀਆਂ ਜਾਗੀਰਾਂ ਨਾ ਲਿਆ ਦੀਆਂ ਉਹ ਸਾਰੀਆਂ ਲਿਖ ਕੇ ਦੇ ਸੀ ਵੱਤ ਰਾਜ਼ੀ ਹੈ ਨਾ ਵੱਤ ਹੀ ਬੋਲਿਆ ਨਹੀਂ ਆਦੇ ਘਨਵਾਨ ਮੈਂ ਜੋ ਜ਼ੇਵਰ ਨਹੀਂ ਗਿੰਦਾ ਮੈਂ ਜਾਗੀਰਾਂ ਨਹੀਂ ਗਿੰਦਾ ਪਰੇਸ਼ਾਨ ਹੋਈ ਬਾਬਾ ਜੀ ਬੋਲਿਆ ਨਹੀਂ ਇਸ਼ਾਰਾ ਕਰ ਕਦੇ ਵਾਪਸ ਗਿਨਵਾ ਵਾਪਸ ਗਿਨਾ ਹੈ ਜਨਾ ਬੇ ਫਿਜ਼ਾ ਦੀਏ ਇਹ ਖਤ ਮੇਰੀ ਸਹਿਣ ਇਹ ਜ਼ੇਵਰ ਸ਼ਾਇਦ ਨਸਰਾਨੀ ਕਬੂਲ ਨਹੀਂ ਕੀਤਾ ਬੀਬੀਆ ਜੀ ਨਿਸ ਕੀਤਾ ਤਾਂ ਕਾਗਜ਼ ਕਲਮ ਦਾ ਵਾਤ ਘਿੰਨਾ ਮੈਂ ਜੰਨਤ ਦੀ ਰਸੀਦ ਹੀ ਲਿਖ ਦੇਣੀ ਆ ਮੈਂ ਕੁਰਬਾਨ ਹੋਈ ਜੰਨਤ ਦੀ ਰਸੀਦ ਲਿਖ ਕੇ ਬੀਬੀ ਪੇਸ਼ ਕੀਤੀ ਹੈ ਬੀਬੀਆ ਜੀ ਜ਼ੇਵਰ ਦੀ ਗਾਡੀ ਗਿਨਵਾਂ ਇਹ ਜ਼ੇਵਰ ਵਾਲੇ ਇਹ ਜ਼ੇਵਰ ਹੀ ਗਿਨਵਾਂ ਇਹ ਜਾਗੀਰਾਂ ਵਾਲਾ ਖਾਤੀ ਗਿਨਵਾਂ ਮੇਰੀ ਤਰਫੋਂ ਜੰਨਤ ਦੀ ਰਸੀਦ ਹੀ ਦੇ ਮੈਂ ਕੁਰਬਾਨ ਹੋਈ ਜਨਾਬ ਫਿਜ਼ਾ ਚਾਹ ਕੇ ਟੁਰ ਪਈ ਬੀਬੀਆ ਜੀ ਉਹ ਨਸਰਾਨੀ ਇਹ ਜ਼ੇਵਰਾਂ ਦੀ ਗੰਢਈ ਇਹ ਜਾਗੀਰਾਂ ਵਾਲਾ ਖਤ ਹੀ ਇਹ ਮੈਂ ਜੰਨਤ ਦੀ ਰਸੀਦ ਪਈ ਦੇਣੀ ਆ ਇਹ ਆਲੀਆ ਸਹਿਣਾ ਦੀ ਮੈਂ ਤੈਨੂੰ ਜੀਂਦੇ ਜੰਨਤ ਦੀ ਰਸੀਦ ਲਿਖ ਦਿੱਤੀ ਹੈ ਅੱਗੇ ਤਾਂ ਨਾ ਹੀ ਬੋਲਿਆ ਹੁਣ ਜੰਨਤ ਦੀ ਰਸੀਦ ਡਿੱਠੀ ਉਸ ਵਕਤ ਕੂਕ ਨਿਕਲ ਗਈ ਹੈ ਨਸਰਾਨੀ ਦੀ ਆਸੂ ਲੁੜਨ ਹੱਥ ਜੋੜ ਕੇ ਆਦੇ ਜੇ ਤੂੰ ਭਈਆ ਦੀ ਜੰਨਤ ਦੀ ਰਸੀਦ ਲਿਖੀ ਹੈ ਤਾਂ ਹੌਲੀ ਹੌਲੀ ਆਵਾਜ਼ ਦਿੱਤੀ ਹੈ ਰੋ ਕੇ ਬੀਬੀ ਦੇ ਮੁਖਾਤੇ ਬੋਕਾ ਦੇ ਜੰਨਤ ਬਣੀਂਦੀ ਜਿਹੜੀ ਉਜੜ ਕੇ ਉਜੜੇ ਬਨ ਦੇ ਵਿੱਚ ਇੰਜ ਜੰਨਤ ਬਣੀਂਦੀ ਅਗਲੀ 70 ਪੜਾਂ ਚਾ ਬਰਦਾਸ਼ਤ ਕਰੇ ਸੇ ਗਰੀਬ ਨੂੰ ਕਤਲ ਨਾ ਕਰ ਤੜੀ ਮਿਹਨਤ ਕਰੇਂਦੀ